ਨਮਸਕਾਰ ਪਿਆਰੇ ਬੱਚਿਓ ਬੇਟਾ ਤੁਹਾਨੂੰ ਮੈਥ ਦੇ ਸੈਂਪਲ ਪੇਪਰ ਦੇ ਵਿੱਚ ਇੱਕ ਪ੍ਰਸ਼ਨ ਆਇਆ ਹੈ ਪ੍ਰਸ਼ਨ ਨੰਬਰ 6 ਜੋ ਕਿ ਸਮਾਨ ਪਿੰਨਣਾ ਵਾਲਾ ਹੈ ਅੱਜ ਅਸੀਂ ਇਹਨੂੰ ਸੋਲਵ ਕਰਨ ਜਾ ਰਹੇ ਹਾਂ ਬੇਟਾ ਪੜੋ ਪ੍ਰਸ਼ਨ ਕੀ ਹੈ ਰਾਜੂ ਦੇ ਪਿਤਾ ਜੀ ਚਾਰ ਗਲੀਚੇ ਲੈ ਕੇ ਆਏ ਜੋ ਕਿ ਇੱਕੋ ਜਿਹੇ ਆਕਾਰ ਦੇ ਹਨ ਪਰੰਤੂ ਉਹਨਾਂ ਦੇ ਡਿਜ਼ਾਈਨ ਵੱਖੋ ਵੱਖਰੇ ਹਨ ਇਹਨਾਂ ਵਿੱਚੋਂ ਕਿਹੜੇ ਗਲੀਚੇ ਆਪਸ ਵਿੱਚ ਸਮਾਨਪਿੰਨ ਦਰਸਾ ਰਹੇ ਹਨ ਬੇਟਾ ਜੀ ਆਪਣੇ ਕੋਲ ਚਾਰ ਗਲੀਚੇ ਤੁਹਾਨੂੰ ਨਜ਼ਰ ਆ ਰਹੇ ਨੇ ਇਹ ਹੈ ਗਲੀਚਾ ਨੰਬਰ 1 ਗਲੀਚਾ ਨੰਬਰ 2 3 ਔਰ 4 ਅਸੀਂ ਲੱਭਣਾ ਹੈ ਕਿ ਕਿਹੜੇ ਗਲੀਚਿਆਂ ਦੀ ਜਿਹੜੀ ਭਿੰਨ ਹੈ ਉਹ ਸਮਾਨ ਹੈ ਆਵਨੋ ਸੇ ਹੱਲ ਕਰਦੇ ਹਾਂ ਪਹਿਲਾ ਅਸੀਂ ਗੱਲ ਕਰਦੇ ਹਾਂ ਗਰੀਚਾ ਨੰਬਰ 1 ਦੀ ਬੇਟਾ ਜੀ ਅਸੀਂ ਜੇ ਪਿੰਨ ਬਣਾਣੀ ਹੈ ਪਿੰਨ ਬਣਾਉਣ ਲਈ ਅਸੀਂ ਕੀ ਕਰਨਾ ਹੈ ਸਾਨੂੰ ਇਹਦੇ ਅੰਸ਼ ਤੇ ਹਰ ਪਤਾ ਹੋਣੀ ਚਾਹੀਦੇ ਨੇ ਤੁਹਾਨੂੰ ਪਤਾ ਹੀ ਹੈ ਕਿ ਪਿੰਨ ਦੇ ਵਿੱਚ ਜਿਹੜਾ ਹੈ ਉੱਪਰ ਜਿਹੜੀ ਚੀਜ਼ ਲਿਖਦੇ ਆ ਉਹ ਅੰਸ਼ ਹੁੰਦਾ ਹੈ ਔਰ نیچے ਜੋ ਆਂਦੀ ਹੈ ਉਹ ਉਹ ਹਰ ਹੁੰਦਾ ਹੈ ਹੁਣ ਚਲੋ ਅਸੀਂ ਲੱਭੀ ਇਹਦੇ ਅੰਸ਼ ਤੇ ਹਰ ਕਿਨੇ ਇਸ ਗਲੀਚੇ ਦੇ ਵਿੱਚ ਤੁਸੀ ਦੇਖਣਾ ਹੈ ਕਿ ਰੰਗਦਾਰ ਜੋ ਬਾਕਸ ਨੇ ਕਲਰਡ ਬਾਕਸ ਲਾਲ ਰੰਦੇ ਡੱਬੇ ਨੇ ਉਹ ਕਿੰਨੇ ਨੇ 1 2 3 ਤੇ 4 ਯਾਨੀ ਕਿ 4 ਜਿਹੜਾ ਹੈ ਇਹਦਾ ਅੰਸ਼ ਹੋ ਗਿਆ ਅਸੀਂ ਲਿਖਣਾ ਹੈ ਇਹਦੇ ਵਿੱਚ ਹੁਣ ਇਹਦਾ ਹਰ ਕੀ ਹੋਏਗਾ ਜਿੰਨੇ ਇਹ ਕੁੱਲ ਡੱਬੇ ਹੈਗੇ ਐ 1 2 3 4 5 6 7 8 ਯਾਨੀ ਕਿ ਇਹ ਹੋ ਗਿਆ 8 ਇਹਦਾ ਹਰ ਹੋ ਗਿਆ ਇਹਦੀ ਭਿੰਨ ਬਣ ਗਈ 4 8 ਗਰੀਚਾ ਨੰਬਰ 2 ਬੇਟਾ ਜਿਹੜਾ ਹੈ ਇਹਦਾ ਅੰਸ਼ ਦੱਸੋ ਕੀ ਹੋਏਗਾ ਇਹਦਾ ਅੰਸ਼ ਹੋਏਗਾ ਜਿਹੜੇ ਆਹ ਕਲਰਡ ਡੱਬੇ ਹੁੰਦੇ ਐ ਤਿੰਨ ਡੱਬੇ ਹੈਗੇ ਨੇ ਤਿੰਨ ਇਹਦਾ ਅੰਸ਼ ਹੋਏਗਾ ਹਰ ਦੱਸੋ ਕਿੰਨਾ ਹੋਏਗਾ ਹਰ ਅਸੀਂ ਕਰਾਂਗੇ 1 2 3 4 5 6 ਹਰ ਹੈ ਇਹਦਾ 6 ਇਹ ਭਿੰਨ ਬਣ ਗਈ 3/6 ਜਿਹੜਾ 3rd ਹੈ ਬੱਚਿਓ ਉਹਦੇ ਵਿੱਚ ਜਿਹੜਾ ਕਲਰਡ ਪੋਰਸ਼ਨ ਹੈ ਉਹ ਹੈਗੇ ਐ 2 ਦੋ ਜਿਹੜੇ ਬਾਕਸ ਨੇ ਉਹ ਕਲਰਡ ਕੀਤੇ ਹੋਏ ਐ ਨਾ और टोटल जो जोड़े बॉक्स किन्ने है है? एक दो तीन चार कुल चार भाग है यानी यदि पिन आ गई दो बटा चार बेटा नंबर चार जो कलीचा है आओ अभी गिंदते हैं कलर पार्ट कि ने ने, एक दो तीन चार पाँच छे छे जो है यदा अंश बन गया पिन का और जो हर है यदा एक दो तीन चार पां छः सत्त अठ नौ दस वो हो गया जी 10 ਇਹ ਭਿੰਨ ਬਣ ਗਈ ਹੈ 6/10 6 ਅੰਸ਼ ਹੈ 10세 ਦਾ ਹਰ ਹੈ ਬੇਟਾ ਜੀ ਇਹ ਤੁਹਾਡੇ ਕੋਲ ਚਾਰਾਂ ਅੰਗਰੀਜਿਆਂ ਦੀ ਭਿੰਨ ਲਿਖੀ ਹੋਈ ਹੈ ਦੇਖਣ ਤੇ ਲੱਗਦਾ ਹੈ ਕਿ ਕੋਈ ਵੀ ਜਿਹੜੀ ਭਿੰਨ ਹੈ ਉਹ ਸਮਾਨ ਨਹੀਂ ਹੈ ਇੱਕੋ ਜਿਹੀ ਨਹੀਂ ਹੈ ਪਰ ਬੇਟਾ ਜੀ ਅਸੀਂ ਇਹਨੂੰ ਹਾਲੇ ਸੋਲਵ ਕਰਨਾ ਹੈ ਆਪਾਂ ਕੀ ਕਰਨਾ ਹੈ ਅਸੀਂ ਹਰੇਕ ਭਿੰਨ ਨੂੰ ਉਦੇ ਨਿਊਨਤਮ ਰੂਪ ਚ ਲਿਖਣਾ ਹੈ ਯਾਨੀ ਕਿ ਛੋਟੇ ਤੋਂ ਛੋਟੇ ਫਾਰਮ ਦੇ ਵਿੱਚ ਦੇਖੋ ਜਿਹੜੀ ਪਹਿਲੀ ਪਿੰਨ ਹੈਗੀ ਹੈ 4/8 ਅਸੀਂ ਇਹਨੂੰ ਨਿਊਨਤਮ ਰੂਪ ਚ ਚੇਂਜ ਕਰਦੇ ਹਾਂ ਇਹਨੂੰ ਅਸੀਂ ਵੰਡ ਸਕਦੇ ਆ 4 ਦੇ ਪਹਾੜੇ ਤੇ ਜਿਹੜਾ ਉੱਪਰ ਵਾਲਾ ਅੰਸ਼ ਹੈ वो वंडिया जाएगा चार दे पहाड़े थे, एक आ जाएगा एक चौका चौका और अठ जो है चार के पहाड़े पर ही जड़ा वंडिया जाएगा दो दे उपर यानी कि नवी पिन बन गई वो कि बन गई एक बटा दो ਠੀਕ ਹੈ ਬੱਚਿਓ ਇਸ ਤਰ੍ਹਾਂ ਹੀ ਕਿਹੜੀ 3/6 ਹੈ ਤੁਸੀਂ ਲੱਭਣਾ ਹੈ ਸੋਚਣਾ ਹੈ ਕਿ ਕਿਹੜੇ ਪਹਾੜੇ ਤੇ ਇਹ ਵੰਡੀ ਜਾ ਸਕਦੀ ਹੈ 3 ਔਰ 6 ਦੋਨੋਂ 3 ਦੇ ਪਹਾੜੇ ਤੇ ਆਉਂਦੇ ਨੇ ਯਾਨੀ ਕਿ ਅਸੀਂ ਇਹਨੂੰ ਵੀ 3 ਦੇ ਪਹਾੜੇ ਤੇ ਵੰਡ ਸਕਦੇ ਹਾਂ 3 1 ਤੇ ਆਏਗਾ 3 2 6 2 ਤੇ ਆ ਜਾਏਗਾ ਭਿੰਨ ਬਣ ਜਾਏਗੀ 1/2 ਬੱਚਿਓ 3ਵੀਂ ਪਿੰਨ ਹੈ 2/4 ਦੱਸੋ ਕਿਹੜੇ ਪਹਾੜੇ ਤੇ ਆਏਗੀ ਹਾਂਜੀ ਦੋ ਦੇ ਪਹਾੜੇ ਤੇ ਆਏਗੀ 1 ਦੁਣੀ 2 ਦੁਣੀ ਔਰ 2 ਦੁਣੀ 4 ਜਿਹੜੀ ਭਿੰਨ ਹੈ ਇਹ ਵੀ ਬਣ ਗਈ 1/2 ਤਿੰਨੋਂ ਭਿੰਨਾਂ ਦੇਖੋ ਆਲਮੋਸਟ ਸੇਮ ਹੀ ਨੇ 1/2 1/2 1/2 ਹੁਣ ਆਪਾਂ ਲਾਸਟ ਪਿੰਨ ਦੇਖਦੇ ਹਾਂ 6/10 6 ਔਰ 10 ਦੋਨੋਂ ਆਉਂਦੇ ਨੇ ਦੋ ਦੇ ਪਹਾੜੇ ਤੇ 2 3 6 4/2 5/10 بیٹا ਜਿਹੜੀ ਇਹ ਭਿੰਨ ਹੈ ਬਣੀ ਹੈ 3/5 ਇਹ ਵੱਖਰੀ ਭਿੰਨ ਬਣੀ ਹੈ ਭਿੰਨ ਜਿਹੜੀ ਪਹਿਲੀ ਗਲੀਚੇ ਦੀ ਹੈ ਦੂਸਰੇ ਦੀ ਹੈ ਔਰ ਤੀਸਰੇ ਦੀ ਹੈ ਉਹ ਇੱਕੋ ਜਈ ਹੈ ਯਾਨੀ ਕਿ ਸਾਡਾ ਆਨਸਰ ਹੋਏਗਾ 1 2 ਤੇ 3 بیٹا ਸੌਲਵ ਅਸੀਂ ਕਰ ਲਿਆ ਸੀ ਸਾਡਾ ਆਨਸਰ ਕੀ ਆਇਆ ਸੀ ਗਰੀਚਾ ਜਿਹੜਾ 1 2 ਔਰ 3 ਹੈ ਉਹਨਾਂ ਦੇ ਭਿੰਨ ਸੇਮ ਸੀ ਤਿੰਨਾਂ ਦੀ ਪਿੰਨ ਜਿਹੜੀ ਸੀ ਉਹ ਨਿਊਨਤਮ ਰੂਪ ਵਿੱਚ ਆ ਕੇ 1/2 ਆਂਦੀ ਸੀ ਤੁਸੀਂ ਇਸ ਤਰ੍ਹਾਂ ਹੀ ਇਹ ਸਵਾਲ ਸੋਲਵ ਕਰਨਾ ਹੈ ਦੇਖ ਕੇ ਡਰ ਨਹੀਂ ਜਾਣਾ ਕਿ ਤਿੰਨੋਂ ਪਿੰਨਾ ਅਲੱਗ-ਅਲੱਗ ਨੇ ਉਹਨਾਂ ਨੂੰ ਨਿਊਨਤਮ ਰੂਪ ਚ ਚੇਂਜ ਕਰ ਲਓ ਤੁਹਾਡਾ ਜਿਹੜਾ ਹੈ ਆਨਸਰ ਆ ਜਾਏਗਾ ਥੈਂਕ ਯੂ